ਤੈਨੂੰ ਤੂੰ ਦੇਖਦੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਅਤੇ ਇਸ ਵਕਤ ਅਸੀਂ ਪਿੰਡ ਮਹਿਣੀਆਂ ਬ੍ਰਾਹਮਣਾ ਜਿਹੜਾ ਕਿ ਡਿਸਟ੍ਰਿਕਟ ਅੰਮ੍ਰਿਤਸਰ ਦੇ ਵਿੱਚ ਪੈਂਦਾ ਪਿੰਡ ਹੈ, ਅਸੀਂ ਉਹ ਪਿੰਡ ਦੇ ਵਿੱਚ ਉੱਥੋਂ ਦੇ ਮੌਜੂਦਾ ਸਰਪੰਚ ਸ਼੍ਰੀਮਤੀ ਜਸਵੰਤ ਕੌਰ ਜੀ, ਵਾਈਫ ਆਫ ਸਰਦਾਰ ਸੁਖਦੇਵ ਸਿੰਘ ਜੀ, ਉਹਨਾਂ ਦੇ ਨਿਵਾਸ ਸਥਾਨ 'ਤੇ ਇਸ ਵਕਤ ਉਹਨਾਂ ਦੇ ਨਾਲ ਬੈਠੇ ਹਾਂ। ਅਤੇ ਸਰਦਾਰ ਸੁਖਦੇਵ ਸਿੰਘ ਜੀ ਸਾਡੇ ਨਾਲ ਇਸ ਵਕਤ ਮੌਜੂਦ ਨੇ, ਅਤੇ ਅਸੀਂ ਉਹਨਾਂ ਕੋਲੋਂ ਉਹਨਾਂ ਦੇ ਚੱਲ ਰਹੇ ਸਰਪੰਚੀ ਦੇ ਦੌਰਾਨ ਹੋਏ ਵਿਕਾਸ ਬਾਰੇ ਜਾਣਕਾਰੀ ਲਵਾਂਗੇ। ਅਤੇ ਆ ਰਹੀ ਇਲੈਕਸ਼ਨ ਜਿਹੜੀ 2022 ਦੀ ਆ, ਮੇਨ ਮਕਸਦ ਜਿਹੜਾ ਅਸੀਂ ਉਹਨਾਂ ਕੋਲੋਂ ਉਸ ਸੰਬੰਧੀ ਵੀ ਜਾਣਕਾਰੀ ਲਵਾਂਗੇ ਅਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਅਤੇ ਆਓ ਹੁਣ ਤੁਹਾਡੇ ਰੂਬਰੂ ਕਰਾਉਂਦੇ ਹਾਂ ਸਰਦਾਰ ਸੁਖਦੇਵ ਸਿੰਘ ਜੀ ਨੂੰ, ਪਿੰਡ ਮਹਿਣੀਆਂ ਬ੍ਰਾਹਮਣਾ ਤੋਂ, ਜਿਹੜੇ ਕਿ ਮੌਜੂਦਾ ਸਰਪੰਚ। ਹਾਂਜੀ ਸਰ, ਸਭ ਤੋਂ ਪਹਿਲਾਂ ਤਾਂ ਆਪਣੇ ਪਿੰਡ ਵਾਸੀਆਂ ਨੂੰ ਕੁਝ ਕਹਿਣਾ ਚਾਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸਭ ਤੋਂ ਪਹਿਲਾਂ ਮੈਂ ਪੰਜਾਬ ਸਪੋਰਟ ਸਾਰਿਆਂ ਦਾ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਸਾਡੇ ਗ੍ਰਹਿ ਪਹੁੰਚਿਆ ਜੀ। ਬਾਕੀ ਆਪਣੇ ਪਿੰਡ ਦੇ ਸਾਰੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਸਰਬ ਸ਼ਕਤੀ ਨਾਲ ਸਰਪੰਚ ਚੁਣ ਕੇ ਪਿੰਡ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਜੀ। ਠੀਕ ਹੈ। ਅਤੇ ਅੱਛਾ ਸਰ, ਤੁਸੀਂ ਹੁਣ ਜਦੋਂ ਸਰਪੰਚ ਐਤਕਾਂ ਬਣੇ ਸੀ, ਅਤੇ ਤੁਹਾਡੀ ਜਿਹੜੀ ਸ਼ਮਸ਼ਾਨ ਘਾਟ ਹੈ ਉਹਦੀ ਕੰਡੀਸ਼ਨ ਕਿੱਦਾਂ ਦੀ ਸੀ? ਪਹਿਲਾਂ ਤਾਂ ਉਹਦੀ ਬਹੁਤ ਮਾੜੀ ਸੀ, ਉਹਦੇ ਵਿੱਚ ਅਸੀਂ ਸਾਰਾ ਉੱਥੇ ਸਾਰਾ ਪਰਸ ਪਾ ਕੇ, ਕੰਕਰੀਟ ਦਾ ਪਰਸ ਪਾ ਕੇ ਬਹੁਤ ਵਧੀਆ ਸਹੀ ਤਰੀਕੇ ਨਾਲ ਸਹੀ ਕੀਤਾ ਜੀ। ਅੱਛਾ, ਪਹਿਲਾਂ ਮਤਲਬ ਕਿ ਕੰਡੀਸ਼ਨ ਠੀਕ ਨਹੀਂ ਸੀ? ਕੰਡੀਸ਼ਨ ਠੀਕ ਨਹੀਂ, ਉੱਥੇ ਘਾਹ ਬੂਟੀ ਬਹੁਤ ਜ਼ਿਆਦਾ ਹੋ ਜਾਂਦਾ ਸੀਗਾ, ਅਤੇ ਇੱਟਾਂ ਦੇ ਵੇਦੀ ਘਾਹ ਹੋ ਕੇ ਮਿਲਦਾ ਆ, ਉੱਥੇ ਅਸੀਂ ਕੰਕਰੀਟ ਦਾ ਪਰਸ ਪਾ ਕੇ ਉਹਨੂੰ ਕੰਪਲੀਟ ਕੀਤਾ, ਬਿਲਕੁਲ ਵਧੀਆ ਕੀਤਾ ਜੀ। ਅਜੇ ਵੀ ਵੈਸੇ ਤਾਂ ਉੱਥੇ ਕੰਮ ਕਾਫੀ ਹੋਣ ਵਾਲਾ, ਪਾਣੀ ਦੀ ਉੱਥੇ ਕੋਈ ਪ੍ਰਬੰਧ ਨਹੀਂ ਹੈਗਾ, ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ, ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈਗਾ, ਮੇਨ ਕੰਮ ਹੈ ਜੀ ਉੱਥੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈਗਾ। ਇਹ ਸਰ ਜ਼ਰੂਰੀ ਹੈ ਜੀ, ਉਹ ਬਹੁਤ ਜ਼ਰੂਰੀ ਆ, ਬਹੁਤ ਲਾਜ਼ਮੀ ਆ ਜੀ ਪਾਣੀ ਦਾ ਪ੍ਰਬੰਧ। ਸਰ ਮੂੰਹ ਵਗੈਰਾ ਧੋਣਾ ਹੁੰਦਾ ਲੋਕਾਂ ਨੇ, ਕੋਈ ਜਦੋਂ ਉੱਥੇ ਬੜੀ ਜ਼ਰੂਰਤ ਹੁੰਦੀ ਆ ਪਾਣੀ ਦੀ, ਜਦੋਂ ਸੰਸਕਾਰ ਕਰਨ ਦੇ, ਹਾਂਜੀ ਅਤੇ ਪਾਣੀ ਦਾ ਪ੍ਰਬੰਧ ਤਾਂ ਜ਼ਰੂਰੀ ਹੈ। ਪਾਣੀ ਦਾ ਪ੍ਰਬੰਧ ਕੋਈ ਅਜੇ ਤੱਕ ਤਾਂ ਕੋਈ ਨਹੀਂ ਹੈਗਾ, ਸਾਡੀ ਕੋਸ਼ਿਸ਼ ਹੈ ਵੀ ਅਸੀਂ ਕਰ ਦੇਵਾਂਗੇ ਆਪਣੀ ਪੰਜਾਬ ਦੇ ਵਿੱਚ ਵਿਰਸਾ ਨੂੰ। ਠੀਕ ਹੈ ਜੀ, ਮਤਲਬ ਆਪਣੇ ਸਮੇਂ ਦੇ ਵਿੱਚ ਵਿੱਚ ਹੋ ਜਾਏਗਾ। ਹਾਂਜੀ ਹੋ ਜਾਏਗਾ ਜੀ। ਠੀਕ ਹੈ। ਅਤੇ ਅੱਛਾ ਸਰ, ਆਪਣੇ ਵਾਟਰ ਸਪਲਾਈ ਦਾ ਪ੍ਰਬੰਧ ਹੈ ਜੀ? ਵਾਟਰ ਸਪਲਾਈ ਦਾ ਪ੍ਰਬੰਧ ਤਾਂ ਹੈਗਾ, ਅੱਜ ਤੋਂ 20 ਸਾਲ ਦਾ ਪਹਿਲਾਂ ਦਾ ਬੰਦ ਪਿਆ ਜੀ। 20 ਸਾਲ ਪਹਿਲਾਂ ਦਾ? ਹਾਂਜੀ ਹਾਂਜੀ, ਉਹ ਮੈਂ 2 ਸਾਲ ਚੱਲਿਆ, ਉਸ ਤੋਂ ਬਾਅਦ ਮੁੜ ਕੇ ਉਹਦਾ ਬਿੱਲ ਨਹੀਂ ਕੀਤਾ। ਜਦੋਂ ਬਣੀ ਮਤਲਬ ਉਸ ਤੋਂ ਮਤਲਬ ਵਿੱਚ ਵਿੱਚ 2 ਸਾਲ ਜਦੋਂ ਨਵੀਂ ਨਵੀਂ ਬਣੀ, ਨਵੀਂ ਨਵੀਂ ਬਣੀ, ਉਸ ਤੋਂ ਬਾਅਦ ਮੁੜ ਕੇ ਬੰਦ ਹੀ ਪਿਆ। ਅਤੇ ਇਹਦੀ ਸਰ ਤੁਸੀਂ ਕੰਪਲੇਂਟ ਵਗੈਰਾ ਕਿਸੇ ਨੇ ਤੁਹਾਡੇ ਤੋਂ ਪਹਿਲਾਂ ਜਿਹੜੇ ਸਰਪੰਚ ਇੰਨੇ ਰਹੇ ਨੇ ਉਹਨਾਂ ਨੇ ਵੀ ਜਾਂ ਕਿਸੇ ਨੇ ਕੀਤੀ ਹੋਵੇ, ਕਿਸੇ ਨੇ ਇਹਦੇ ਵੱਲ ਕਾਰਵਾਈ ਨਹੀਂ ਕੀਤੀ? ਨਹੀਂ, ਇਹਦਾ ਬਿੱਲ ਬਹੁਤ ਜ਼ਿਆਦਾ ਆਇਆ ਜੀ, ਇਸ ਕਰਕੇ ਉਹਦਾ ਬਿੱਲ ਮੈਨੂੰ ਕਲੀਅਰ ਕਰੂੰਗਾ, ਰਿਪੇਅਰ ਹੀ ਚਾਲੂ ਕਰੂ, ਮੈਂ ਕਹਾਂ ਚਾਲੂ ਕਰੂੰਗਾ ਨਾ, ਇਸ ਕਰਕੇ ਉਹਨੂੰ ਚਾਲੂ ਨਹੀਂ ਕੋਈ ਕਰ ਰਿਹਾ ਬਿੱਲ ਦਾ। ਅੱਛਾ, ਬਿੱਲ ਜ਼ਿਆਦਾ ਆਇਆ? ਹਾਂਜੀ, ਬਿੱਲ ਜ਼ਿਆਦਾ, ਬਾਕੀ ਜਿਹੜੀਆਂ ਨੇ ਪਾਈਪਾਂ ਪੁਰਾਣੀਆਂ ਖਸਤਾ ਹਾਲਤ ਹੋ ਚੁੱਕੀ ਉਹਨਾਂ ਦੀ, ਉਹ ਵੀ ਸਾਰੀ ਲਿਖ ਗਿਆ। ਅੱਛਾ, ਹੈਗਾ ਕੰਡੀਸ਼ਨ ਠੀਕ ਆ ਜੀ? ਠੀਕ ਆ ਜੀ, ਲਗਭਗ ਠੀਕ ਆ। ਅਤੇ ਹੋਰ ਇਸ ਤੋਂ ਇਲਾਵਾ ਸਰ ਕੋਈ ਪਿੰਡ 'ਚ ਗਰਾਊਂਡ ਜਾਂ ਪਾਰਕ ਕੋਈ ਹੋਵੇ? ਗਰਾਊਂਡ ਹੈਗੀ ਆ ਜੀ, ਉਹ ਆਪਣੀ ਪੰਚਾਇਤ ਦੀ ਪੈਲੀ 'ਚੋਂ ਛੱਡੀ ਗਈ ਆ, ਪੁਰਾਣੀ ਕਾਫੀ ਛੱਡੀ ਆ, ਉੱਥੇ ਬੱਚੇ ਸ਼ਾਮਾਂ ਨੂੰ ਜਾਂਦੇ ਆ ਖੇਡਦੇ ਆ, ਪਰ ਇਹ ਆ ਵੀ ਉਹਦੀ ਕੋਈ ਬਾਉਂਡਰੀ ਨਹੀਂ ਹੋਈ, ਓਪਨ ਹੀ ਆ, ਕੋਈ ਚਾਰ ਦੁਆਰੀ ਨਹੀਂ, ਚਾਰ ਦੁਆਰੀ ਨਹੀਂ, ਓਪਨ ਹੀ ਆ, ਉੱਥੇ ਬੱਚੇ ਜਾਂਦੇ ਸ਼ਾਮਾਂ ਨੂੰ ਖੇਡਣ ਵਾਲੇ ਜਿਹੜੇ ਖੇਡਦੇ ਆ, ਖੇਡਦੇ ਆ। ਉਸ ਤੋਂ ਇਲਾਵਾ ਸਾਡੇ ਪਿੰਡ ਸਪੋਰਟਸ ਕਲੱਬ ਵੀ ਹੈਗਾ, ਉਹਦਾ ਕਵਲਜੀਤ ਸਿੰਘ ਸੰਧੂ ਪ੍ਰਧਾਨ ਹੈ ਸਪੋਰਟਸ ਕਲੱਬ ਦਾ। ਅੱਛਾ ਜੀ, ਅਤੇ ਉਹ ਬੱਚੇ ਜਾਂਦੇ ਸ਼ਾਮਾਂ ਨੂੰ ਉੱਥੇ ਖੇਡਦੇ ਆ। ਅਤੇ ਸਰ ਓਪਨ ਜਿੰਮ ਦਾ ਸਮਾਨ ਫਿਰ ਮਿਲਿਆ ਤੁਹਾਨੂੰ? ਨਾ ਜੀ, ਇਹ ਸਰਕਾਰ ਦੇ ਵਿਚਾਰ ਕੁਝ ਨਹੀਂ ਮਿਲਿਆ। ਨਹੀਂ ਮਿਲਿਆ ਜਿੰਮ ਦਾ ਸਮਾਨ? ਨਹੀਂ ਨਹੀਂ। ਸਰ ਇਹ ਹਰ ਇੱਕ ਪਿੰਡ ਦੇ ਵਿੱਚ ਮਿਲਿਆ ਸਾਰਿਆਂ ਨੂੰ? ਅਸੀਂ ਮੰਗ ਵੀ ਕੀਤੀ ਆ, ਕੰਟਰੋਲੀ ਭਰਦੇ ਹਾਂ ਸਾਨੂੰ ਕੋਈ ਨਹੀਂ। ਅੱਛਾ, ਤੁਹਾਨੂੰ ਫਿਰ ਵੀ ਨਹੀਂ ਮਿਲੇ? ਨਾ, ਅਸੀਂ ਆ ਪਿਛਲੀ ਇਲੈਕਸ਼ਨ ਤੋਂ ਕਾਂਗਰਸ ਨਾਲ ਜੁੜੇ। ਅੱਛਾ, ਪਿਛਲੀ ਇਲੈਕਸ਼ਨ ਤੋਂ ਕਾਂਗਰਸ? ਹਾਂਜੀ ਹਾਂ, ਠੀਕ, ਪਿਛਲੀ ਇਲੈਕਸ਼ਨ ਤੋਂ ਕਾਂਗਰਸ। ਉਸ ਤੋਂ ਪਹਿਲਾਂ ਅਕਾਲੀ ਦਲ ਨਾਲ? ਪਹਿਲਾਂ ਅਕਾਲੀ ਦਲ ਨਾਲ। ਅੱਛਾ, ਪਹਿਲਾਂ ਅਕਾਲੀ ਦਲ ਨਾਲ। ਹਾਂਜੀ। ਅਤੇ ਇਹ ਸਰ ਤੁਹਾਨੂੰ ਐਤਕਾਂ ਕਿੰਨੀ ਕੁ ਆਸ ਹੈ ਕਿ ਤੁਸੀਂ ਆਪਣੇ ਪਿੰਡ ਦੇ ਵਿੱਚੋਂ ਕਿੰਨੀ ਕੁ ਵੋਟ ਕਾਂਗਰਸ ਨੂੰ ਪਾਓਗੇ, ਕਿ ਤੁਹਾਡੇ ਪਿੰਡ ਦੇ ਵਿੱਚੋਂ ਜਿਹੜੀ ਹੈ ਕਿ ਕਾਂਗਰਸ ਦਾ ਬੂਥ ਹੈ ਉਹ ਕਿੰਨੇ ਕੁ ਪਰਸੈਂਟ ਵੋਟਾਂ 'ਤੇ ਜਿੱਤੇਗਾ? ਵੇਖੋ ਜੀ, ਅਜੇ ਪਹਿਲੀ ਗੱਲ ਤਾਂ ਕਿਸਾਨੀ ਮੁੱਦੇ ਦੀ ਚੱਲ ਰਹੀ ਹੈ ਜੀ। ਅੱਛਾ, ਜਿੰਨਾ ਚਿਰ ਕਿਸਾਨੀ ਮੁੱਦਾ ਨਹੀਂ ਹੱਲ ਹੁੰਦਾ ਕਿਸੇ ਬੰਨੇ ਨਹੀਂ ਲੱਗਦਾ, ਉਹਨਾਂ ਚੜ੍ਹ ਦੇ ਅਸੀਂ ਕਿਸਾਨੀ ਮੁੱਦੇ ਦੇ ਨਾਲ ਆ, ਕਿਸਾਨ ਯੂਨੀਅਨ ਦੇ ਨਾਲ ਆ, ਉਹਨਾਂ ਚਿਰ ਅਜੇ ਤੱਕ ਤਾਂ ਸਾਡਾ ਬਾਈਕਾਟ ਹੈ ਜੀ। ਅੱਛਾ ਜੀ, ਹਾਂਜੀ, ਇਹ ਫਿਰ ਆਉਣ ਵਾਲਾ ਟਾਈਮ ਦੱਸੂਗਾ। ਹਾਂਜੀ, ਇਹਦਾ ਮਤਲਬ ਹੈ ਕਿ ਇਹ ਤੁਹਾਡੇ ਜਿਹੜੇ ਕਿਸਾਨੀ ਲੀਡਰ ਨੇ ਜਿਹੜੇ, ਹਾਂਜੀ ਮੇਨ, ਹਾਂਜੀ, ਅਤੇ ਤੁਹਾਡੇ ਜੋ ਜਿੱਦਾਂ ਕਹਿਣਗੇ ਉਸ ਹਿਸਾਬ ਨਾਲ ਹੀ ਤੁਸੀਂ ਇਲੈਕਸ਼ਨ ਦੇ ਹਿਸਾਬ ਦੇ ਨਾਲ ਚੱਲਾਂਗੇ ਅਸੀਂ ਇਲੈਕਸ਼ਨ ਵਾਲੇ। ਹਾਂਜੀ, ਅਜੇ ਤੱਕ ਦੇ ਵੇਖੋ ਅਜੇ ਤੱਕ ਕੋਈ ਇਹਦਾ ਮੁੱਦੇ ਦਾ ਹੱਲ ਨਹੀਂ ਹੋਇਆ, ਅਸੀਂ 4-5 ਵਾਰੀ ਦਿੱਲੀਓਂ ਆਏ ਹਾਂ, ਇੱਥੇ ਵੀ 15 ਅਗਸਤ ਵਾਲੇ ਦਿਨ ਵੀ ਗਏ ਹਾਂ, ਆਪਣੀ ਰੈਲੀ ਕੱਢੀ ਸੀ, ਮੋਟਰਸਾਈਕਲ ਰੈਲੀ ਕੱਢੀ ਸੀਗੀ, ਉਸ ਤੋਂ ਪਹਿਲਾਂ 26 ਜਨਵਰੀ ਨੂੰ ਅਸੀਂ ਦਿੱਲੀ ਵੀ ਗਏ ਹਾਂ, ਅਤੇ ਅਜੇ ਤਾਂ ਵੇਖੋ ਜੀ ਸਾਰਿਆਂ ਦਾ ਬਾਈਕਾਟ ਕੀਤਾ ਜਿੰਨਾ ਚਿਰ ਕਿਸਾਨੀ ਮੁੱਦਾ ਨਹੀਂ ਕਹਿੰਦੇ। ਇਲੈਕਸ਼ਨ ਦਾ ਬਾਈਕਾਟ ਕੀਤਾ? ਹਾਂਜੀ, ਇਲੈਕਸ਼ਨ ਦਾ ਬਾਈਕਾਟ।
ਠੀਕ ਹੈ ਜੀ, ਬਾਕੀ ਕੋਈ ਵੋਟ ਨਹੀਂ ਪਾਊਗਾ। ਹਾਂਜੀ ਹਾਂਜੀ, ਇਹ ਮੀਟਿੰਗ ਹੋਈ ਹੈ, ਸਾਰੇ ਪਿੰਡ ਨੇ ਸਹਿਮਤੀ ਆ, ਸਾਰੇ ਪਿੰਡ ਨੇ ਸਹਿਮਤੀ ਦੇ ਸਹਿਮਤੀ ਦਿੱਤੀ ਆ ਵੀ ਅਜੇ ਤੱਕ ਕੋਈ ਲੀਡਰ ਨਹੀਂ, ਕਿਸੇ ਨਾਲ ਕੋਈ ਨਹੀਂ, ਅਜੇ ਇਲੈਕਸ਼ਨ ਵਾਲੀ ਗੱਲ ਨਹੀਂ ਕਰਦੀ। ਠੀਕ ਹੈ, ਘਾਓ ਪੱਕਾ ਹੋ। ਹਾਂਜੀ ਪੱਕਾ ਹੋ, ਝੰਡ ਹੋ ਜੀ, ਕਿਸਾਨਾਂ ਦੀ ਜਿੱਤ ਹੋਊ, ਕਿਸਾਨਾਂ ਦੀ ਜਿੱਤ, ਕਿਸਾਨਾਂ ਦੀ ਜਿੱਤ ਹੋ, ਬਿਲਕੁਲ ਚਾਹੀਦਾ ਵੀ ਹੈ, ਟਾਈਮ ਲੱਗੇ ਚਾਹੀਦਾ ਵੀ ਆ, ਟਾਈਮ ਲੱਗੂਗਾ ਹੋ ਕਿਸਾਨਾਂ ਦੀ, ਹਾਂ ਕਿਸਾਨਾਂ ਦੀ ਸਰ ਚਾਹੀਦਾ ਵੀ ਆ ਬਿਲਕੁਲ ਜੀ, ਕਿਉਂਕਿ ਇਹ ਕਿਸਾਨ ਮਾਰੂਗਾ ਜੀ, ਜੋ ਕਾਨੂੰਨ ਸਰਕਾਰ ਨੇ ਬਣਾਤੇ ਆ, ਕਿਸਾਨ ਮਾਰੂਗਾ, ਇਹ ਕਿਸਾਨਾਂ ਦੀ ਜਿੱਤ ਹੋਣੀ ਆ, ਫਿਰ ਹੀ ਕਿਸਾਨ ਦਿੱਲੀ ਵਾਪਸ ਆਉਣਗੇ। ਅੱਛਾ, ਉਹ ਇਹ ਜਿੰਨੀ ਦੇਰ ਮਤਲਬ ਆਪਣਾ ਇਹ ਮੁੱਦਾ ਹੱਲ ਨਹੀਂ ਹੁੰਦਾ, ਉਨਾ ਚਿਰ ਦਿੱਲੀ ਆਪਣਾ ਮੋਰਚਾ ਜਿਹੜਾ ਉਹ ਉੱਥੇ ਕਾਇਮ ਰਹੇਗਾ, ਉਨਾ ਚਿਰ ਜਾਰੀ ਰਹੂਗਾ, ਜਾਰੀ ਰਹੂਗਾ। ਠੀਕ, ਦੱਸੂਗਾ ਆਪਣੇ ਸਾਰੇ ਕਿਤੇ ਸਭ ਸਾਰੇ ਪਿੰਡ ਦੇ ਨਾਲ ਸਹਿਮਤੀ ਆ, ਜਿੱਥੇ ਲੋਕ ਰਾਜ ਆ, ਲੋਕ ਰਾਜ ਜਿੱਥੇ ਸਹਿਮਤ ਚੜੇ ਹੋਣਗੇ ਉੱਥੇ ਹੀ ਆ, ਇਸ ਕਰਕੇ ਵੱਧ ਗਈ ਆ ਜਿਹੜੀ 20 ਸਾਲ ਦੀ ਸਿਰ ਬੰਦ ਪਈ ਆ, ਤੇ ਉਹ ਪੈਪਾਂ ਬੰਦ ਹੋਈ ਜਾਣੀਆਂ ਜੀ, ਉਹ ਤੇ ਗਲ ਗਈਆਂ ਹੋਣੀਆਂ ਪੈਪਾਂ, ਗਲ ਗਈਆਂ ਪੈਪਾਂ, ਗਲ ਗਈਆਂ, ਹਾਂ ਉਹ ਤੇ ਗਲ ਗਈਆਂ। ਠੀਕ ਹੈ, ਤੇ ਇਹ ਫਿਰ ਸਰ ਵਾਟਰ ਸਪਲਾਈ ਪਿੰਡ 'ਚ ਨਲਕੇ ਵੀ ਨਹੀਂ ਲੱਗੇ ਸਰਕਾਰੀ ਸਰ, ਜਿਹੜੇ ਵੱਡੇ ਨਲਕੇ ਲੱਗੇ ਹੁੰਦੇ ਨੇ? ਨਹੀਂ ਨਹੀਂ, ਕੋਈ ਨਲਕਾ ਲੱਗਾ, ਉਹ ਵੀ ਨਹੀਂ ਹੈਗਾ, ਨਾ ਕੋਈ ਨਲਕਾ ਨਹੀਂ, ਲੋਕ ਆਪਣੇ ਘਰ ਦਾ ਪਾਣੀ ਯੂਜ਼ ਕਰ ਰਹੇ, ਆਪਣੇ ਘਰ ਦੇ ਨਲਕਾ। ਠੀਕ, ਸਰ ਗੰਦੇ ਪਾਣੀ ਦੇ ਨਿਕਾਸ ਦਾ ਕਿੱਦਾਂ? ਗੰਦੇ ਪਾਣੀ ਦੇ ਨਿਕਾਸ ਦਾ ਸਾਡਾ ਨਾ ਕਾਫੀ ਚੱਲਦੀ ਹੈ, ਲੰਮੀ ਸਮੱਸਿਆ ਸੀਗਾ। ਚਲੋ ਆਪਾਂ ਇਹ ਆਪਣੇ MLA ਨੂੰ ਸਾਹਿਬ ਨੂੰ ਕਹਿ ਕੇ, ਡੈਣੀ ਸਾਹਿਬ ਨੂੰ ਕਿਹਾ, ਉਹਨਾਂ ਸਾਨੂੰ ਗ੍ਰਾਂਟ ਦਿੱਤੀ ਆ ਕੁਛ, ਅਤੇ ਜਿੱਥੋਂ ਤੱਕ ਅਸੀਂ ਹੋ ਸਕਿਆ ਉੱਥੋਂ ਤੱਕ ਉਹ ਸੀਵਰੇਜ ਪਾਏ ਆ, ਬਾਕੀ ਅਜੇ ਕੁਛ ਰਹਿੰਦੇ ਪਾਉਣ ਵਾਲੇ। ਫਿਰ ਅਸੀਂ ਉਹਨਾਂ ਬੜੀ ਵਾਰੀ ਬੇਨਤੀ ਕੀਤੀ ਆ, ਸਾਨੂੰ ਗ੍ਰਾਂਟ ਦਿਓ, ਅਸੀਂ ਆਪਣੇ ਪਿੰਡ ਦਾ ਪਾਣੀ ਦਾ ਜਿਹੜਾ ਵਿਕਾਸ ਕਰ ਸਕੀਏ ਗੰਦੇ ਪਾਣੀ ਦਾ। ਅਤੇ ਚਲੋ ਆਉਂਦੇ ਤਾਂ ਹੈਗੇ ਵੀ ਤੁਹਾਨੂੰ ਦੇਵਾਂਗੇ, ਨਵਾਂ ਗ੍ਰਾਂਟ ਦੇਵਾਂਗੇ, ਦੇ ਦੇਣਗੇ ਤਾਂ ਚਲੋ ਬਹੁਤ ਬਹੁਤ ਉਹਨਾਂ ਦੀ ਮਿਹਰਬਾਨੀ ਆ, ਅਸੀਂ ਜਿਹੜਾ ਬਾਕੀ ਰਹਿੰਦਾ ਕੰਮ ਅਧੂਰਾ ਉਹਨੂੰ ਨੇਪਰੇ ਚਾੜ ਸਕਦੇ। ਹੁਣ ਤਾਂ ਸਰ ਟਾਈਮ ਬਹੁਤ ਥੋੜ੍ਹਾ ਰਹਿ ਗਿਆ ਹੈ, ਵੈਸੇ ਹੁਣ ਤਾਂ ਬਹੁਤ ਜ਼ਰੂਰੀ ਹੈ ਕਿ ਹੁਣ ਗ੍ਰਾਂਟ ਮਿਲ ਜਾਣੀ ਚਾਹੀਦੀ ਹੈ, ਕਿ ਜਿਹੜਾ ਕੰਮ ਆ ਉਹ ਜਲਦੀ ਜਲਦੀ ਹੋ ਜਾਵੇ। ਚਾਹੀਦਾ ਤਾਂ ਹੈਗਾ, ਅਸੀਂ ਬਥੇਰੀ ਬੇਨਤੀ ਕੀਤੀ ਆ ਮੇਰੇ ਸਾਹਿਬ ਨੂੰ, ਕਹਿੰਦੇ ਲੈ ਕੇ ਤੁਹਾਨੂੰ ਦੇਵਾਂਗੇ, ਜ਼ਰੂਰ ਗ੍ਰਾਂਟ ਦੇਵਾਂਗੇ। ਚਲੋ ਬਾਕੀ ਫਿਰ ਇੱਕ ਦੋ ਵਾਰੀ ਜਾ ਕੇ ਮਿਲ ਲੈਂਦੇ ਹਾਂ। ਹਾਂਜੀ ਹਾਂਜੀ ਹਾਂਜੀ, ਅਤੇ ਇਹ ਸਾਨੂੰ ਆਸ ਵੀ ਹੈਗੀ ਆ ਵੀ ਸਾਡਾ ਚਲੋ ਸਾਨੂੰ ਗ੍ਰਾਂਟ ਦੇਣਗੇ, ਅਸੀਂ ਉਹਨਾਂ ਦਾ ਆਪਣੇ ਪਿੰਡ ਦਾ ਵਿਕਾਸ ਕਰਾਵਾਂਗੇ। ਠੀਕ ਹੈ, ਅਤੇ ਸਰ ਪਾਣੀ ਖਲੋਂਦਾ ਨਹੀਂ ਇੱਦਾਂ ਫਿਰ ਨਾਲੀ, ਜਦੋਂ ਮੰਨ ਲਓ ਇਹ ਨਾਲੀਆਂ ਨੀੜੀਆਂ 'ਚ ਜਾਂ ਪਾਣੀ ਖਲੋ ਜਾਂਦਾ ਜੀ? ਪਾਣੀ ਖਲੋਂਦਾ ਵੀ ਇਹ ਜਿਹੜੇ ਲਾਗੇ ਜਿੱਥੇ ਹੈਗਾ ਉਹ ਛੱਪੜ ਹੈਗਾ, ਉਹਦੇ ਲਾਗੇ ਜਿਹੜਾ ਘਰ ਹੈ ਉਹਨਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਜਾ ਵੜਦਾ ਵਾ, ਉਹ ਬਹੁਤ ਪਰੇਸ਼ਾਨ ਹੈ, ਬਹੁਤ ਵਿਚਾਰੇ ਲੰਘਦੇ ਆ ਜੀ। ਹਾਂਜੀ, ਉਹਨਾਂ ਨੂੰ ਬਿਮਾਰੀਆਂ ਵੀ ਲੱਗੀਆਂ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ, ਉਹਨਾਂ ਦੇ ਛੋਟੇ ਛੋਟੇ ਬੱਚੇ ਆ, ਉਹਨਾਂ ਨੂੰ ਹੁਣੇ ਅਣਕਾਂ ਲੱਗ ਚੁੱਕੀਆਂ, ਇੰਨੀ ਬਿਮਾਰੀ ਹੋ ਚੁੱਕੀ ਹੈ। ਸਰ ਬਹੁਤ ਜ਼ਿਆਦਾ ਪ੍ਰੋਬਲਮ ਆ ਪਾਣੀ ਦੀ ਤੁਹਾਡੇ ਤੇ? ਹਾਂਜੀ, ਅਸੀਂ ਚਲੋ ਆਪਣਾ ਪਾਣੀ ਦੇ ਨਿਕਾਲ, ਸਾਡੀ ਸਾਰੀ ਪੰਚਾਇਤ ਆ ਜੋ ਪਿੰਡ ਦੇ ਹੋਰ ਵੀ ਮੋਹਰਵਾਰ ਬੰਦੇ ਆ, ਸਾਰਿਆਂ ਦੇ ਇਹੋ ਹੀ ਆ ਵੀ ਇਹ ਪਾਣੀ ਦਾ ਇਹਦਾ ਹੱਲ ਕੀਤਾ ਜਾਵੇ, ਇਹ ਗੰਦੇ ਪਾਣੀ, ਗੰਦੇ ਪਾਣੀ ਤੋਂ ਹਾਂ ਸੀਵਰੇਜ ਪਾ ਕੇ ਬਾਹਰ ਕੱਢਿਆ ਜਾਵੇ, ਕੱਢਿਆ ਜਾਵੇ। ਸਾਡੀ ਮੰਗ ਵੀ ਇਹੋ ਹੀ ਆ ਸਰਕਾਰ ਕੋਲੋਂ ਵੀ ਇਹ ਪਾਣੀ ਦਾ ਜਿਹੜਾ ਗੰਦੇ ਪਾਣੀ ਦਾ ਇਹਦਾ ਹੱਲ ਕੀਤਾ ਜਾਵੇ, ਸਾਨੂੰ ਕੋਈ ਨਾ ਕੋਈ ਗ੍ਰਾਂਟ ਦਿੱਤੀ ਜਾਵੇ। ਹਾਂਜੀ, ਸਾਡਾ ਕੰਮ ਅਧੂਰਾ ਪਿਆ ਜੀ। ਅਤੇ ਇਹ ਸਰ ਜਿੱਥੇ ਤੁਹਾਡੇ ਜਿਲ੍ਹੇ ਤੱਕ ਪੈਪ ਨੇ ਉੱਥੋਂ ਅੱਗੇ ਖਾਲਾ ਪੁੱਟ ਦਿਓ, ਵੱਡਾ ਖਾਲਾ ਪੁੱਟ ਕੇ ਪਾਣੀ ਖਾਲਾ, ਫਿਰ ਉੱਥੋਂ ਤੱਕ ਲੇਵਲ ਨਹੀਂ ਜਾਂਦਾ ਜੀ, ਲੇਵਲ ਫਿਰ ਗਾਰਡ ਦੀ ਪੈਲੀਆਂ ਵਾਲਾ ਦਾ ਨੁਕਸਾਨ ਹੋਊਗਾ ਜਿਹਨਾਂ ਦੇ ਨਾਲ ਪੈਲੀਆਂ ਲੱਗਦੀਆਂ ਵਾ। ਹਾਂਜੀ, ਅਤੇ ਅਜੇ ਘੱਟੋ ਘੱਟ ਸਾਡਾ 5 ਕਿੱਲੇ ਦਾ ਲੰਬਾਈ ਆ ਜਿੱਥੇ, 5 ਕਿੱਲੇ ਦੀ ਲੰਬਾਈ ਜਿੱਥੇ ਸਾਡੇ ਪੈਰ ਪੈਣ ਵਾਲੇ ਆ। ਇਹਦਾ ਮਤਲਬ ਹੈ ਕਿ ਇਹ ਮਤਲਬ ਕਰਾ ਲਓਗੇ ਤੁਸੀਂ ਮਤਲਬ ਆਪਣੇ? ਹਾਂਜੀ, ਵੇਖੋ ਜੀ ਸਾਡੀ ਕੋਸ਼ਿਸ਼ ਤਾਂ ਬੜੀ ਆ, ਚੱਲ ਵੀ ਰਹੀ ਆ, ਆਪਣੇ MLA ਸਾਹਿਬ ਨੂੰ ਅਸੀਂ ਬੜੀ ਵਾਰੀ ਜਾ ਕੇ ਮਿਲੇ ਹਾਂ, ਉਹ ਵੀ ਚਲੋ ਆਉਂਦੇ ਆ ਵੀ ਜ਼ਰੂਰ ਕਰਾਂਗੇ, ਅਤੇ ਲੱਗਦੀ ਬਾਅਦ ਤੱਕ ਤਾਂ ਕਰਾਵਾਂਗੇ ਜੀ। ਠੀਕ ਹੈ, ਅਤੇ ਅੱਛਾ ਹੋਰ ਸਰ ਇਸ ਤੋਂ ਇਲਾਵਾ ਜਿਹੜੀ ਸਕੀਮ ਆਈ ਸੀ ਕੈਟਲ ਸੈੱਡ ਦੀ, ਕਿ ਆ ਜਿਹੜੇ ਮੱਝਾਂ ਦੇ ਕੈਟਲ ਸੈੱਡ ਨੇ ਉਹ ਕੋਈ ਨਹੀਂ ਬਣਿਆ ਜੀ, ਉਹਨਾਂ ਦੇਖ ਲੋਕ ਖੜੇ ਆ, ਨਾ ਫਾਰਮ ਭਰ ਕੇ, ਨਾ ਫਾਰਮ ਭਰ ਕੇ ਖੜੇ ਆ, ਉਹ ਕਿਸੇ ਨੂੰ ਕਦੇ ਪਾਸ ਨਹੀਂ ਹੋਏ ਨਾ, ਉਹ ਵੀ ਸਾਡਾ ਬਹੁਤ ਸਾਥ ਦਿੰਦੀਆਂ ਵਾ। ਮੇਰਾ ਵੱਡਾ ਬ੍ਰਦਰ ਸੁਖਨੰਦਰ ਸਿੰਘ ਪ੍ਰਧਾਨ ਵਾਟਰ ਸਪਲਾਈ ਸਟੇਟ ਦਾ ਪ੍ਰਧਾਨ ਹੈ ਜੀ, ਅਤੇ ਉਹਨਾਂ ਦੀ ਬਦੌਲਤ ਅਸੀਂ ਪਿੰਡ ਦੇ ਵਿੱਚ ਉਹਨਾਂ ਕੋਲ ਮਹਿਕਮਾ ਵਾ, ਫਲੱਸਾਂ ਕਾਫੀ ਬਣਾਈਆਂ ਜੀ, ਉਹਨਾਂ ਦੇ ਮਹਿਕਮਾ ਫਲੱਸਾਂ ਦਾ ਵਾ, ਕਾਫੀ ਫਲੱਸਾਂ ਬਣਾਈਆਂ ਵਾ। ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਤੇ ਤੁਹਾਡੇ ਅਸੀਂ ਆਪਣੀ ਪੂਰੀ ਟੀਮ ਵੱਲੋਂ ਤੁਹਾਡਾ, ਤੁਹਾਡੀ ਪੂਰੀ ਪੰਚਾਇਤ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਆਪਣੇ ਪਿੰਡ ਦੇ ਕੰਮਾਂ ਬਾਰੇ ਜਾਂ ਇਲੈਕਸ਼ਨ ਸੰਬੰਧੀ ਗੱਲਬਾਤ ਸਾਡੇ ਨਾਲ ਕੀਤੀ, ਅਤੇ ਜੋ ਜਾਣਕਾਰੀ ਦਿੱਤੀ ਸਾਨੂੰ, ਕਿਉਂਕਿ ਸਾਨੂੰ ਬਹੁਤ ਵਧੀਆ ਲੱਗਾ, ਧੰਨਵਾਦ ਹੈ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਵੈਲਕਮ, ਥੈਂਕ ਯੂ। ਅਤੇ ਮੈਂ ਕੁਲਵੰਤ ਸਿੰਘ ਢਿੱਲੋਂ ਪੰਜਾਬ ਫੋਕਸ ਚੈਨਲ ਤੋਂ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਢਿੱਲੋਂ ਪੰਜਾਬ ਫੋਕਸ ਚੈਨਲ ਤੋਂ ਕੈਮਰਾਮੈਨ ਅਮਰਜੀਤ ਜੀ ਦੇ ਨਾਲ ਧੰਨਵਾਦ, ਸਤਿ ਸ਼੍ਰੀ ਅਕਾਲ।